ਗੱਡੀ ਗੱਡੀ ਸਾਡੀ ਲਿਬੜ ਗਈ ਆ, ਲੇਕਿਨ ਚੜੇਲ ਆਏ ਕਰਨਾ ਸੀ ਕੁਛ ਨੀ, ਖਿੱਚ ਕੇ ਰੱਖੋ ਕੰਮ, ਇਹ ਹੋ ਗਿਆ ਹਾਰ। ਆ ਬਿਲਡਿੰਗ ਦੇ ਅੰਦਰ ਆ ਗਿਆ ਮਜ਼ਾ, ਬਿਲਡਿੰਗ ਦੇ ਅੰਦਰ ਫਸਟ ਫਲੋਰ ਆਇਆ, ਪੰਮੇ ਦੀ ਚੱਪਲ ਬੈਸਟ ਆ। ਔਰ ਇਹ ਸਭ ਚੂਤਾ ਚੁਤਈਆ ਕਾ ਹੱਲ ਨਹੀਂ ਹੈ। ਕਿਉਂ ਚਮਕਦਾ ਬੱਦਲ ਦੇਖ ਇੱਧਰ, ਸਿਆਣਾ ਬਣ ਗਿਆ ਸਿਆਣਾ ਸਿਆਣਾ ਇਹਨੂੰ ਦੱਸ, ਕੱਲ ਨੂੰ ਵੀਡੀਓ ਪਾਏਗਾ ਮੋਏ 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 ਮੋਏ, ਲੋਕਾਂ ਦਾ ਹਾਸਾ ਨਿਕਲੂ ਤੇਰਾ ਰੋਣਾ ਨਿਕਲੂ, ਫਿਰ ਫਾਇਦਾ ਕੋਈ? ਗੱਡੀ ਗੁੱਡੀ ਚ ਪਾਣੀ ਪੂਣੀ ਵੜ ਗਿਆ ਇੰਜਣ ਚ ਨਾ, ਤੂੰ ਵਧੀਆ ਘਰੇ ਆ, ਇੱਕ ਵਾਰੀ ਆਪਣੇ ਖੜੀਆਂ ਤੇ ਨਹੀਂ ਪਿਆ ਸੀ ਲੈਣ ਦੇ ਵਿੱਚ ਯਾਰ। ਲੈ ਵੀ ਸਪੈਸ਼ਲ ਬਾਹਰ ਆਇਆ ਤੁਹਾਨੂੰ, ਹਾਂ ਉਹ ਨਹੀਂ ਬਸ ਰਹਿਣ ਦੇ ਤੂੰ, ਹਾਂ ਦੱਸ ਮਾਹੌਲ। ਮਾਹੌਲ ਤਾਂ ਵਧੀਆ, ਮੈਂ ਕਿਹਾ ਤੈਨੂੰ ਦਿਖਾ ਦੂੰ ਤੋੜ ਕੇ। ਗੱਡੀ ਗੱਡੀ ਸਾਡੀ ਲਿਬੜ ਗਈ ਆ, ਲੇਕਿਨ ਸੁੱਕੇ ਤੋਂ ਬਾਅਦ ਪਤਾ ਲੱਗੂ ਜ਼ਿਆਦਾ, ਪਾਣੀ ਪਿਆ ਵਾ ਮਿੱਟੀ ਮੁੱਟੀ ਨਹੀਂ। ਬਾਈ ਦੇਖ ਗੱਡੀਆਂ ਪਾਰਕ ਲੱਗੀਆਂ, ਸਾਰੇ ਆਰਾਮ ਨਾਲ ਬੈਠਿਆ ਆਪਦੇ ਆਪਦੇ ਰੂਮਾਂ ਦੇ ਵਿੱਚ। ਹੈ ਮਾਹੌਲ ਦੇਖੋ ਪੂਰਾ, ਕਿਉਂ ਚਮਕਦਾ ਬੱਦਲ ਦੇਖ ਇੱਧਰ ਕਾਲਾ, ਚੱਕ ਹਾਂ ਇਹ 5 ਮਿੰਟ ਬੁਲਾਈ ਗਿਆ ਮੇਰੇ ਤੋਂ ਇਹ ਵੀਡੀਓ ਆਨ ਕੀਤੇ ਬਿਨਾਂ, 5 ਮਿੰਟ ਬੋਲਿਆ ਵਧੀਆ ਰੀਲ ਲਾ ਕੇ, ਮੈਂ ਕਿਹਾ ਬਾਈ ਵੀਡੀਓ ਤਾਂ ਆਨ ਨਹੀਂ ਕੀਤੀ। ਤੇ ਇਹ ਆਹ ਛੁੱਟੀ ਦਾ ਨਾ ਮਤਲਬ ਇਹ ਬੰਦੇ ਨੇ ਆਪਣੀ ਛੁੱਟੀ ਕਰਾ ਦਿੱਤੀ ਆ, ਤੇ ਉਹ ਵੀ ਵਧੀਆ ਗੱਲ ਆ, ਗੱਡੀ ਬਚਾ ਲਈ ਅਸੀਂ ਆਪਦੀ। ਕਰੇ ਹੁਣ ਹੁਣ ਮਾਹੌਲ ਬਣਨਾ ਪੂਰਾ, ਕਿਉਂ ਲੈ ਵੀ ਚੱਪਲਾਂ ਤਾਂ ਥੋੜੀ ਜਿਹੀਆਂ ਗਿੱਲੀਆਂ, ਦਿਹਾੜੀਆਂ ਪੈਂਦੀਆਂ ਉਹਨਾਂ ਲਈ ਤਾਂ ਚਲੋ ਠੀਕ ਆ ਵੀ ਨੁਕਸਾਨ ਵਾਲਾ ਹੋ ਜਾਂਦੀ ਕਹਾਣੀ ਹਨਾ, ਤੇ ਕਈ ਬਾਰਿਸ਼ ਨੂੰ, ਲੇਕਿਨ ਜਿਹੜਾ ਜਿਹੜੇ ਜਿਹੜੇ ਸਾਡੇ ਵਰਗੇ ਮਤਲਬ ਲੰਡਰ ਲਫੈਂਡ ਆ, ਅਗਰ ਤਾਂ ਪੈ ਰਿਹਾ ਇੱਕ ਦੋ ਦਿਨ ਲਈ ਬਾਰਿਸ਼ ਹੋ ਰਹੀ ਆ ਮੀਂਹ, ਠੀਕ ਆ ਉਹ ਤਾਂ ਇੰਜੋਏਬਲ ਆ, ਤੁਸੀਂ ਇੰਜੋਏ ਕਰ ਸਕਦੇ ਹੋ, ਤੁਸੀਂ ਜਾਣਾ ਨਹੀਂ ਕਿਤੇ ਤੁਹਾਡੀ ਗੱਡੀ ਨਹੀਂ ਫਸੀ ਪਾਣੀ 'ਚ ਨਾ, ਫਿਰ ਤਾਂ ਤੁਹਾਨੂੰ ਕੋਈ ਟੈਨਸ਼ਨ ਨਹੀਂ, ਕਿਉਂਕਿ ਨਾ ਇੱਥੇ ਬਿਜਲੀ ਜਾਣੀ ਆ, ਠੀਕ ਆ ਨਾ ਛੱਤ 'ਚੋਣੀ ਆ, ਨਾ ਪਾਣੀ ਵੜਨਾ ਅੰਦਰ। ਦੁਪਹਿਰੇ ਤਾਂ ਖਾਧੇ ਸੀ ਪਕੌੜੇ ਬਣਾ ਕੇ ਇਹਨਾਂ ਕਹਿਣਾ ਗੱਡੀ ਗੱਡੀਆਂ ਦੇ, ਹਾਂ ਤੇ ਪਕੌੜਿਆਂ ਵਾਲਾ ਵੀ ਮੀਂਹ 'ਚ ਜਿਹੜਾ ਮਾਹੌਲ ਹੁੰਦਾ ਉਹ ਵੀ ਗੱਲ ਹੋ ਗਈ, ਹੁਣ ਸ਼ਾਮ ਵਾਲੀ ਰਹਿ ਗਈ ਮੀਂਹ 'ਚ ਜਿਹੜੀ ਹੋਣੀ ਚਾਹੀਦੀ, ਸ਼ਾਮ ਦਾ ਮਾਹੌਲ ਬਣਾਉਣਾ ਪੈਣਾ ਫਿਰ ਹੁਣ ਅਸਲੀ। ਚੱਲ ਕੋਈ ਗੱਲ ਨੀ, ਡਾਇਟ ਅੱਜ ਯਾਰ ਪਾਣੀ ਗਲਤ ਨਿਕਲੀ ਜਾਂਦਾ ਬਾਈ, ਕਰੰਟ ਕਰੁੰਟ ਨਾ ਦੇ, ਤੂੰ ਥੱਲੇ ਕਰਦੇ ਫਿਰ ਇਹਦੇ ਤੂੰ ਧਾਰੀ ਹੋ ਨਾ, ਕੋਈ ਪਾਈਪ ਜਾ ਰਹੀ ਹੈ ਇਲੈਕਟ੍ਰੀਕਲ ਉਹਦੀ ਜਿਹਦੇ ਵਿੱਚ ਕੇਬਲ ਵਾਇਰਿੰਗ ਹੁੰਦੀ ਹੈ, ਵਾਇਰਿੰਗ ਵਾਲੀ ਨਾ ਪਾਈਪ ਜੀ, ਉਹਦੇ ਵਿੱਚ ਦੀ ਪਾਣੀ ਆ ਰਿਹਾ ਥੋੜੇ ਸੇ ਮੀਂਹ ਸੇ, ਦੁਬਈ ਚੂਨੇ ਲੱਗ ਜਾਤਾ ਹੈ, ਚੂਨੇ ਲੱਗ ਜਾਤਾ ਹੈ, ਫੁੱਲ ਫੁੱਲ ਭਰ ਜਾਤਾ ਹੈ,
पूल पड़ जाता है, पानी भी गिट्टे गिट्टे गोटे गोटे हो जाता है, हाँ, और पूरा डर लगता है, पूरा डर भी लगता है, ऊपर से भी चूने लग जाता है। कितना बड़ा मर्जी वीडियो, दुबई पूरा चूता है, पूरा चूता है दुबई। और ये सब चूता चुतैया का हल नहीं है, एक बार चूना शुरू हो गया और चूता रहता है। जब तक बारिश खत्म नहीं होगा चूता रहेगा। बस इतना ही है। चलो बनाइए फिर शाम, चला जाओ। लो भी अंदर आप आ गए, होगी ना वही गल, स्टेयर केस दे विचों स्मेल आ जांदी है। ओहो चौथे ग्राउंड फ्लोर पहुंचे अंकल। अंकल कैसा है? क्या दुबई खलास है? स्टेयर केस किधर से? ਹੋਰ ਗਈ ਮੇਰੀ ਵੀ ਹੋ ਗਈ ਯਾਰ। ਓਹੋ ਇੱਥੇ ਗਿੱਗੂ ਹੋ ਸਕਦੇ ਸੀ, ਕਦੇ ਆਏ ਹੋਵਾਂਗੇ ਤਾਂ ਹੀ। ਅਸੀਂ ਇੱਧਰੋਂ ਨਿਕਲ ਕੇ ਸਿੱਧਾ ਬਾਹਰ ਨਿਕਲ ਗਏ ਗਰਾਊਂਡ ਫਲੋਰ ਤੇ। ਪੰਮੇ ਦੀ ਚੱਪਲ ਬੈਸਟ ਆ, ਕੋਈ ਵਾਈਪਰ ਚਲਾ ਰਿਹਾ ਅੰਦਰ ਇੱਧਰ ਪੂਰੀ ਬਿਲਡਿੰਗ ਚ ਹੋ ਰਹੀ ਉਹ ਫਲੱਡਡ ਹੋ ਗਈ ਪੂਰੀ, ਕਿਉਂਕਿ ਉਹ ਫੁੱਲ ਹੋ ਗਿਆ ਨਾ, ਜੋ ਨੀਚੇ ਪਾਇਆ ਆ ਬਿਲਡਿੰਗ ਦੇ ਅੰਦਰ ਆ ਗਿਆ ਬਈ। ਬਿਲਡਿੰਗ ਦੇ ਅੰਦਰ ਫਸਟ ਫਲੋਰ ਆ ਇਹ, ਬੰਦੇ ਲੱਗਿਆ ਕਲੀਨਿੰਗ ਕਰਨ ਆਫਿਸਾਂ ਦੇ, ਉਹ ਦੇ ਉੱਧਰ ਪੂਰਾ ਆਫਿਸ ਭਰਿਆ ਪਿਆ ਕਿਸੇ ਦਾ। ਮੈਂ ਸਲਿਪ ਹੋ ਸਕਦਾ ਅਸਲੀ ਆ ਕੈਮਰਾ, ਇਹ ਨਾ ਐਡੀਡਾਸ ਵਾਲਿਆਂ ਦੀ ਆਦੀ ਬਾਸ ਵਾਲਿਆਂ ਦੀ ਭੈਣ ਫੁੱਦੂ ਕੰਮ ਆ, ਇੰਨੀਆਂ ਮਹਿੰਗੀਆਂ ਚੱਪਲਾਂ ਲਈਆਂ ਦੇਖਣ ਨੂੰ ਸੋਹਣੀਆਂ। ਹੋਰ ਖਿੱਚ ਕੇ ਰੱਖੋ ਕੰਮ।
ਇਹ ਹੋ ਗਿਆ ਹਾਂ ਹਾਂ ਇਹ ਪਾਣੀ ਆ ਕਿਧਰ ਸੀ ਰਾਏ ਇਹ ਵਾਲਾ ਅੰਦਰ ਅੰਦਰ ਬੰਕਰ ਪਾਈਪ ਹੈ ਨਾ ਹਾਂ ਸਭ ਟੁੱਟ ਗਿਆ ਪਾਈਪ ਟੁੱਟ ਗਿਆ ਵੋ ਡਰੇਨੇਜ ਵਾਲਾ ਪਾਈਪ ਟੁੱਟਾ ਹੈ ਜਾਂ ਨੀਚੇ ਸੇ ਉੱਪਰ ਆ ਰਿਹਾ ਜਾਂ ਉੱਪਰ ਸੇ ਨੀਚੇ ਵਾਲਾ ਬਹੁਤ ਪਾਣੀ ਆ ਉਹ ਇਹ ਆ ਸਾਡੀ ਬਿਲਡਿੰਗ ਦਾ ਫਸਟ ਫਲੋਰ ਕਿੱਧਰ ਤੋਂ ਪਾਣੀ ਆ ਰਿਹਾ ਬਾਈ ਕਿੱਧਰ ਤੋਂ ਆ ਰਿਹਾ ਇਹ ਉੱਪਰ ਕਰਨਾ ਸੀ ਕੁਛ ਨੀ ਅਰੇ ਯਾਰ ਬੰਦ ਹੋ ਗਿਆ ਇਧਰ ਇਹ ਪਾਈਪ ਹੈ ਨਾ ਖਾਲੀ ਹੋ ਗਿਆ ਕੌਣ ਸਾ ਥਾ ਕੌਣ ਆਫਿਸ ਆ ਇਧਰ ਕੁਛ ਕੀਤਾ ਹੋਣਾ ਬਾਈ ਪੈਪ ਫਟੀ ਪਾਣੀ ਦਾ ਦੇਖ ਲਾ ਮੁੰਡੇ ਕਿੰਨਾ ਕੱਢ ਰਹੇ ਆ ਸ਼ੁਕਰ ਘਰ ਇੱਧਰ ਵੀ ਆਕੂਪਾਈਡ ਨਹੀਂ ਆਈ ਆਫਿਸ ਖਾਲੀ ਹੈ ਨਾ ਅਗਰ ਆਕੂਪਾਈਡ ਹੁੰਦਾ ਆਫਿਸ ਦਾ ਸਮਾਨ ਹੁੰਦਾ ਤਾਂ ਸੱਤਿਆਨਾਸ਼ ਹੁੰਦਾ ਕੱਲ ਹੀ ਖਾਲੀ ਹੋਇਆ ਕੱਲੂ ਆਏ ਪਰਸੋਂ ਹਾਂ ਥੱਲੇ ਪਾਣੀ ਦੇ ਲਾ ਕਿਤੇ ਕਿਤੇ ਕੱਲ੍ਹ ਮੋਰਨਿੰਗ ਖਾਲੀ ਹੋਇਆ ਐਕਚੁਲੀ ਅੱਜ ਮੈਂ ਚੱਪਲਾਂ ਕੱਲ੍ਹ ਗਿੱਲੀਆਂ ਕਰਕੇ ਸੁਕਾਈਆਂ ਸੀਗੀਆਂ ਗਿੱਲੀਆਂ ਕਰਕੇ ਪਾਣੀ ਤਾਂ ਆਏ ਜਾਂਦਾ ਜਿਵੇਂ ਨਹਿਰ ਚੱਲਦੀ ਹੁੰਦੀ ਆ ਪਾਣੀ ਦੀ ਆਵਾਜ਼ ਫਸਟ ਫਲੋਰ ਤੇ ਸਾਰੇ ਆਫਿਸ ਹੀ ਆ ਸਾਰੇ ਬਿਲਡਿੰਗ ਦੇ ਤੇ ਉਹਦੇ ਵਿੱਚੋਂ ਮੈਨੂੰ ਲੱਗਦਾ ਕਿਸੇ ਨੇ ਜਿਹੜੀ ਕੋਈ ਪਾਣੀ ਦੀ ਪਾਈਪ ਹੋਵੇਗੀ ਫਟ ਉਹ ਦਿਖਾਈਆਂ ਦੇ ਉੱਪਰ ਦੋ ਫਟ ਗਈਆਂ ਹਾਂ ਤੇ ਉਹਦੇ ਕਰਕੇ ਪਾਣੀ ਹੋ ਗਈ ਮਿੱਤਰਾ ਚੱਲ ਫਿਰ ਹਜੇ ਅਸੀਂ ਪਹੁੰਚੇ ਹਾਂ ਫਸਟ ਫਲੋਰ ਤੇ ਮਿੰਟ ਲੱਗਦੇ ਸੀ 20-25 ਹੁਣ ਜਾਵਾਂਗੇ ਉੱਪਰ ਜੇ ਰਾਤ ਕੋਈ ਸਟਾਪ ਨਾ ਆਇਆ ਹੈ ਬਾਈ ਹੌਲੀ ਹੌਲੀ ਚੱਲ ਫਿਰ ਮੇਰੀਆਂ ਤਾਂ ਮਹਿੰਗੀਆਂ ਵਾਲੀਆਂ ਹਾਂ ਵਧੀਆ ਮੇਰੀਆਂ ਆਹ ਦੇਖ ਇੱਥੋਂ ਸੁੱਕਾ ਵਾ ਇਹ ਹੋ ਗਿਆ ਰੈਜੀਡੈਂਸ ਸਟਾਰਟ ਇੱਥੋਂ ਥੱਲੇ ਆ ਆਫਿਸ ਕੁਛ ਦੱਸਣਾ ਚਾਹੇਗਾ ਤੂੰ ਸੈਕਿੰਡ ਫਲੋਰ ਸਾਰਾ ਸਹੀ ਆ ਲੈ ਤੇਰੀ ਸਾਰੀ ਬਣਾ ਦੇਣੀ ਆ ਇਹ ਆ ਥਰਡ ਫਲੋਰ ਕਿ ਫੋਰਥ ਫਲੋਰ ਆਪਣਾ ਆ ਗਿਆ ਆਪਣੇ ਵਾਲਾ ਤਾਂ ਬੰਦ ਹੈ ਹਾਂ ਪਾਣੀ ਆ ਗਿਆ ਪੂਰਾ ਸੀਰੀ ਕਿਸ ਵਿੱਚ ਜਾਣਾ ਪੜੇਗਾ ਸੀਰੀ ਕੇ ਸਾਥ ਲਓ ਬਈ ਮੁਖਰੋ ਆਹੋ ਬਹੁਤ ਪਾਣੀ ਥੱਲੇ ਓ ਮਰਜ ਕਰਕੇ ਪਾ ਦੇਣਾ ਆਪਾਂ ਬਾਬਾ ਚੱਲ ਬਾਬਾ ਕਹਿ ਰਹੇ ਕਰਾ ਦੇਣਾ ਛੁੱਟੀ ਤੇਰੀ ਹਾਂ ਛੁੱਟੀ ਬਹੁਤ ਧੰਨਵਾਦ ਤੇਰਾ ਓਕੇ ਕਿੰਨੇ ਵਜਦੇ ਆ 11 ਹਾਂ ਬਾਕੀ ਕਿੱਥੇ ਆ ਤੂੰ
ਹੁਣ ਹਟ ਗਈ ਆ ਹਨਾ। ਓ ਸਵੇਰੇ ਡਿਊਟੀ ਜਾਣਾ ਪੈਣਾ, ਪਾਣੀ ਭਰਿਆ ਪਿਆ ਸੀ, ਭਰਿਆ ਪਿਆ ਸੀ ਜਿਹਦੇ ਕਰਕੇ ਕਹਿੰਦੇ ਸੀ ਮੈਂ ਆ ਨੀ ਸਕਦਾ, ਇੱਥੇ ਹੀ ਭਰਿਆ ਹੋਇਆ ਸੀਗਾ। ਹੁਣੇ ਖਾਲੀ ਹੋ ਗਏ, ਹੁਣ ਮੈਂ ਆ ਤਾ। ਪਿਛਲੀ ਕਲਿੱਪ ਦੇ ਵਿੱਚ ਦੇਖੋ ਤੁਸੀਂ ਆ ਏਰੀਆ ਨੂੰ ਜਦੋਂ ਗੱਡੀ ਲੈ ਕੇ ਆਏ ਆ ਤਾਂ ਫੁੱਲ ਸੀਗਾ ਬਿਲਕੁਲ ਪੂਰਾ। ਕਿਆ ਸਲੀਮ ਹੋ ਰਿਹਾ ਯਾਰ, ਹਾਂ 11:30 ਦਾ ਟਾਈਮ ਆ। ਅਸੀਂ ਆਏ ਬਾਹਰ ਗੇੜਾ ਕੱਢਣ ਲਈ, ਦੁਕਾਨਾਂ ਸਾਰੀਆਂ ਬੰਦ ਆ ਤੇ ਜਵਾਕਾਂ ਨੂੰ ਉਦੋਂ ਹੀ ਲੈ ਕੇ ਆਉਣ ਦਾ ਵਧੀਆ ਮੌਕਾ ਵਾ। ਹਵਾ ਠੰਡੀ ਠੰਡੀ, ਹਵਾ ਠੰਡੀ ਠੰਡੀ। ਚਲੋ ਤੁਹਾਨੂੰ ਦਿਖਾਈਏ ਬਾਹਰਲਾ ਏਰੀਆ। ਅੱਜ ਮੇਰਾ ਜੀ ਕਰਦਾ ਹਈ ਸ਼ਾ। ਇਸ ਵਾਰ ਸਟਾਪ ਨੀ ਹੈ ਨਾ, ਲਗਾਤਾਰ ਚੜੇ ਆ ਉਤਰੀ ਭਰ ਨਹੀਂ ਥੱਕ ਗਏ। ਹਾਂ ਸਾਹ ਚੜ ਗਿਆ। ਇਸ ਵਾਰ ਗਰਾਊਂਡ ਫਲੋਰ ਤੋਂ ਨਾ ਇੱਥੇ ਤੱਕ ਰੁਕੇ ਨੀ, ਸਾਲਿਆਂ ਨੇ ਖੋਲਿਆ ਨੀ ਮੈਨੂੰ। ਇਹ ਸਾਡੀ ਚੜੇਲ ਆ ਇਹ। ਇਹ ਤੋਂ ਅਸੀਂ ਪੈਸੇ ਕਮਾਉਂਦੇ ਹਾਂ ਭੂਤਾਂ ਵਾਲੀ ਫਿਲਮ 'ਚ ਆਵਾਜ਼ਾਂ ਦੇ ਕੇ ਇਹਦੀਆਂ। ਚੱਲ ਕਰਦੇ ਬਾਏ ਬਾਏ ਬਾਈ। ਓਕੇ ਗਾਈਜ਼, ਮਿਲਦੇ ਆਪਾਂ ਹੁਣ ਨੈਕਸਟ ਵਲੌਗ ਦੇ ਵਿੱਚ। ਪਿਆਰ ਦੇਣ ਲਈ ਸ਼ੁਕਰੀਆ, ਧੰਨਵਾਦ।